साल 2012 ਦੇ ਵਿੱਚ ਲੰਡਨ ਦੇ ਵਿੱਚ ਐਕਵਾਡੋਰ ਦੀ ਐਮਬੈਸੀ ਨੂੰ ਚਾਰੇ ਪਾਸਿਓਂ ਲੰਡਨ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ। ਇਸ ਐਮਬੈਸੀ ਦੇ ਆਲੇ ਦੁਆਲੇ ਲਗਭਗ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਾਂ ਤਾਂ ਲੰਡਨ ਪੁਲਿਸ ਸੀ ਜਾਂ ਫਿਰ ਅਮਰੀਕਾ ਦੀ CIA ਸੀ ਜਾਂ ਫਿਰ ਰਸ਼ੀਆ ਦੀ ਸੀਕ੍ਰੇਟ ਸਰਵਿਸ ਦੇ ਲੋਕ ਸਨ। ਇਹਨਾਂ ਤਿੰਨੇ ਦੇਸ਼ਾਂ ਦੀ ਸਿਰਫ ਇੱਕ ਆਦਮੀ ਦੇ ਉੱਪਰ ਨਜ਼ਰ ਸੀ। ਕੋਈ ਇਸ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਸੀ, ਕੋਈ ਇਸ ਨੂੰ ਮਾਰਨਾ ਚਾਹੁੰਦਾ ਸੀ ਤੇ ਕੋਈ ਇਸ ਨੂੰ ਇੱਥੋਂ ਭਜਾ ਕੇ ਲਿਜਾਣਾ ਚਾਹੁੰਦਾ ਸੀ। ਅਮਰੀਕਾ ਦੀ CIA ਦੇ ਸਨੈਪਰ ਪੂਰੀ ਤਰ੍ਹਾਂ ਦੇ ਨਾਲ ਐਮਬੈਸੀ ਦੇ ਦਰਵਾਜ਼ੇ ਦੇ ਉੱਪਰ ਟਾਰਗੇਟ ਲੌਕ ਕਰੀ ਬੈਠੇ ਸਨ। ਜਾਂ ਤਾਂ ਉਹ ਇਸ ਆਦਮੀ ਨੂੰ ਮਾਰਨਾ ਚਾਹੁੰਦੇ ਸਨ ਜਾਂ ਫਿਰ ਆਪਣੇ ਨਾਲ ਅਮਰੀਕਾ ਲਿਜਾਣਾ ਚਾਹੁੰਦੇ ਸਨ। ਇਹ ਇਨਸਾਨ ਕੌਣ ਹੈ, ਕਿਉਂ ਇਸ ਦੇ ਪਿੱਛੇ ਪੂਰੀ ਦੁਨੀਆ ਦੇ 3 ਸੁਪਰ ਪਾਵਰਾਂ ਲੱਗੀਆਂ ਹੋਈਆਂ ਨੇ, ਅਮਰੀਕਾ ਵਰਗਾ ਤਾਕਤਵਰ ਦੇਸ਼ ਵੀ ਇਸ ਇਨਸਾਨ ਤੋਂ ਕਿਉਂ ਇੰਨਾ ਜ਼ਿਆਦਾ ਡਰਦਾ ਹੈ? ਇਹ ਕਹਾਣੀ ਹੈ ਜੀ ਜੁਲੀਅਨ ਅਸਾਂਜ ਦੀ, ਜਿਹੜੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੁਪਰ ਪਾਵਰਾਂ ਨੂੰ ਗੋਡਿਆਂ ਭਾਰ ਲੈ ਆਇਆ ਸੀ। ਪਰ ਇਸ ਨੇ ਅਜਿਹਾ ਕੀ ਕਰ ਦਿੱਤਾ ਸੀ ਜਿਸ ਕਰਕੇ ਅਮਰੀਕਾ, UK ਤੇ ਰਸ਼ੀਆ ਇਸ ਦੇ ਪਿੱਛੇ ਪਏ ਸਨ, ਇਸ ਨੂੰ ਹਾਸਲ ਕਰਨਾ ਚਾਹੁੰਦੇ ਸਨ ਕਿਸੇ ਵੀ ਕੀਮਤ ਤੇ? ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਜੁਲੀਅਨ ਅਸਾਂਜ 1971 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਇਆ ਸੀ ਤੇ ਸਿਰਫ 17 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਨੇ ਦੁਨੀਆ ਦੇ 3 ਵੱਡੀਆਂ ਆਰਗੇਨਾਈਜੇਸ਼ਨ ਦਾ ਡਾਟਾ ਹੈਕ ਕਰ ਲਿਆ ਸੀ। ਇਹ 3 ਕੰਪਨੀਆਂ ਸਨ NASA, ਪੈਂਟਾਗਨ, ਲੋਕਹੀਟ ਮਾਰਟਨ। ਇਹ ਅਮਰੀਕਾ ਦੀ ਸਭ ਤੋਂ ਵੱਡੀ ਜੰਗੀ ਜਹਾਜ਼ ਬਣਾਉਣ ਵਾਲੀ ਕੰਪਨੀ ਹੈ ਤੇ ਜੁਲੀਅਨ ਅਸਾਂਜ ਨੂੰ ਹੈਕਿੰਗ ਦੀ ਦੁਨੀਆ ਦੇ ਵਿੱਚ ਮੈਂਡੈਕਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ। 1991 ਦੇ ਵਿੱਚ ਅਸਾਂਜ ਕੈਨੇਡੀਅਨ ਕਮਿਊਨੀਕੇਸ਼ਨ ਦਾ ਡਾਟਾ ਹੈਕ ਕਰਦੇ ਹੋਏ ਫੜਿਆ ਗਿਆ ਤੇ ਉਸ ਨੂੰ 2 ਸਾਲਾਂ ਦੇ ਲਈ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। 1993 ਦੇ ਵਿੱਚ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਅਸਾਂਜ ਨੇ ਮੈਲਬੌਰਨ ਜਾਨੀ ਕਿ ਆਸਟ੍ਰੇਲੀਆ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਕੰਪਿਊਟਰ ਪ੍ਰੋਗਰਾਮਿੰਗ ਦੇ ਵਿੱਚ ਦਾਖਲਾ ਲੈ ਲਿਆ। ਇਸ ਤੋਂ ਬਾਅਦ 12 ਤੋਂ 13 ਸਾਲ ਲਗਾਤਾਰ ਅਸਾਂਜ ਅੰਡਰਗਰਾਉਂਡ ਹੀ ਰਿਹਾ। ਫਿਰ ਇਸ ਨੇ 35 ਸਾਲ ਦੀ ਉਮਰ ਦੇ ਵਿੱਚ ਇੱਕ ਅਜਿਹੀ ਵੈਬਸਾਈਟ ਬਣਾਈ ਜਿਹੜੀ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਦੇ ਲਈ ਇੱਕ ਡਰਾਵਣਾ ਸੁਪਨਾ ਬਣਨ ਵਾਲੀ ਸੀ। ਇਸ ਵੈਬਸਾਈਟ ਦਾ ਨਾਮ ਸੀ WikiLeaks। ਇਸ ਦੇ ਉੱਪਰ ਦੁਨੀਆ ਦਾ ਕੋਈ ਵੀ ਇਨਸਾਨ ਸੈਂਸਟਿਵ ਤੋਂ ਸੈਂਸਟਿਵ ਜਾਣਕਾਰੀ ਜਾਂ ਕਈ ਦਸਤਾਵੇਜ਼ ਨੂੰ ਲੋਡ ਕਰ ਸਕਦਾ ਸੀ ਜਾਂ ਕਈ ਅਪਲੋਡ ਕਰ ਸਕਦਾ ਸੀ ਤੇ ਕਿਸੇ ਨੂੰ ਵੀ ਇਹ ਦਸਤਾਵੇਜ਼ ਅਪਲੋਡ ਕਰਨ ਵਾਲੇ ਇਨਸਾਨ ਦੀ ਪਹਿਚਾਣ ਪਤਾ ਨਹੀਂ ਲੱਗ ਸਕਦੀ ਸੀ ਤੇ ਵੈਬਸਾਈਟ ਬਣਨ ਤੋਂ ਬਾਅਦ ਹੀ ਲੋਕਾਂ ਨੇ ਇਸ ਦੇ ਉੱਪਰ ਸੀਕ੍ਰੇਟ ਤੋਂ ਸੀਕ੍ਰੇਟ ਦਸਤਾਵੇਜ਼ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ। 9/11 ਤੋਂ ਲੈ ਕੇ ਯਮਨ ਦੇ ਵਿੱਚ ਹੋਣ ਵਾਲੀ ਡਰੋਨ ਸਟ੍ਰਾਈਕ, ਅਰਬ ਦੀ ਦੁਨੀਆ ਦੇ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਅਤੇ ਗੁਆਂਤਾਵੇ ਦੇ ਵਿੱਚ ਕੈਦੀਆਂ ਦੇ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੈ ਉਸ ਦੇ ਬਾਰੇ ਸਾਂਝ ਇਹਨਾਂ ਦਸਤਾਵੇਜ਼ਾਂ ਨੂੰ ਖੁੱਲੇ ਤੌਰ ਤੇ ਆਪਣੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਰਿਹਾ ਸੀ ਕਿਉਂਕਿ ਉਸ ਨੇ ਇਹ ਦਸਤਾਵੇਜ਼ ਕਿਤੋਂ ਚੋਰੀ ਨਹੀਂ ਕੀਤੇ ਸਨ ਬਲਕਿ ਇਹ ਦਸਤਾਵੇਜ਼ਾਂ ਨੂੰ ਕੋਈ ਹੋਰ ਲੋਕਾਂ ਨੇ ਅਪਲੋਡ ਕੀਤਾ ਸੀ। ਇਸ ਲਈ ਇਹਨਾਂ ਸਾਰੇ ਦਸਤਾਵੇਜ਼ਾਂ ਨੂੰ ਕੋਰਟ ਦੇ ਵਿੱਚ ਸਬੂਤ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਸੀ ਜਿਸ ਦੇ ਕਾਰਨ ਕਈ ਸ਼ਕਤੀਸ਼ਾਲੀ ਲੋਕਾਂ ਦੀ ਜਾਂ ਕਈ ਪਾਵਰਫੁਲ ਲੋਕਾਂ ਦੀ ਹੁਣ ਨੀਂਦ ਉੱਡ ਚੁੱਕੀ ਸੀ। ਪਰ ਹਲੇ ਵੀ WikiLeaks ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਕੋਈ ਖਾਸ ਹੰਗਾਮਾ ਨਹੀਂ ਹੋਇਆ ਸੀ, ਪਰ 2010 ਦੇ ਵਿੱਚ WikiLeaks ਦੇ ਉੱਪਰ ਕੁਝ ਅਜਿਹਾ ਪਬਲਿਸ਼ ਹੁੰਦਾ ਹੈ ਜਿਸ ਦੇ ਨਾਲ ਪੂਰੀ ਦੁਨੀਆ ਹਿੱਲ ਜਾਂਦੀ ਹੈ। 2010 ਦੇ ਵਿੱਚ ਇਰਾਕ ਦੇ ਵਿੱਚ ਮੌਜੂਦ ਅਮਰੀਕੀ ਇੰਟੈਲੀਜੈਂਸ ਦੇ ਵਿੱਚ ਕੰਮ ਕਰਨ ਵਾਲੀ ਜੈਂਸੀ ਨੈਨਨ ਨੇ ਕਈ ਹਜ਼ਾਰ ਪੇਜਾਂ ਦੇ ਕਲਾਸੀਫਾਈਡ ਦਸਤਾਵੇਜ਼ ਅਮਰੀਕੀ ਕੰਪਿਊਟਰ ਤੋਂ ਡਾਊਨਲੋਡ ਕਰਕੇ WikiLeaks ਦੇ ਉੱਪਰ ਪਬਲਿਸ਼ ਕਰ ਦਿੱਤੇ। ਇਹ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਲੀਕਸ ਸੀ। ਇਹ ਦਸਤਾਵੇਜ਼ਾਂ ਦੇ ਵਿੱਚ ਇਹ ਸਭ ਕੁਝ ਲਿਖਿਆ ਹੋਇਆ ਸੀ ਕਿ ਅਮਰੀਕਾ ਕਿਸੇ ਦੇਸ਼ ਦੇ ਉੱਪਰ ਕਿਸ ਤਰ੍ਹਾਂ ਹਮਲਾ ਕਰਦਾ ਹੈ ਤੇ ਉਹ ਜੀਓ ਡਿਪਲੋਮੈਸੀ ਨੂੰ ਕਿਵੇਂ ਵਰਤਦਾ ਹੈ ਤੇ ਅਮਰੀਕਾ ਦੀ ਇੰਟੈਲੀਜੈਂਸ ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ। ਇਹਨਾਂ ਡਾਕੂਮੈਂਟ ਦੇ ਵਿੱਚ ਉਹ ਰੇਡ ਦਾ ਵੀ ਜ਼ਿਕਰ ਸੀ ਜਿਹੜੀ ਅਮਰੀਕੀ ਆਰਮੀ ਇਰਾਕੀ ਪਰਿਵਾਰਾਂ ਦੇ ਘਰਾਂ ਦੇ ਉੱਪਰ ਕਰਦੀ ਸੀ। ਇਹਨਾਂ ਲੀਕ ਹੋਏ ਡਾਕੂਮੈਂਟ ਦੇ ਵਿੱਚ ਇਹ ਚੀਜ਼ਾਂ ਵੀ ਦਰਜ ਸਨ ਕਿ ਕਿਸ ਤਰ੍ਹਾਂ ਅਮਰੀਕੀ ਸਰਕਾਰ ਨੇ ਸ਼ੱਕ ਦੇ ਆਧਾਰ ਤੇ ਇਰਾਕੀ ਪਰਿਵਾਰਾਂ ਨੂੰ ਅਗਵਾ ਕੀਤਾ ਤੇ ਉਹਨਾਂ ਦੇ ਵਿੱਚੋਂ ਕਈਆਂ ਨੂੰ ਮਾਰ ਵੀ ਦਿੱਤਾ। ਇਹਨਾਂ ਲੀਕ ਹੋਏ ਦਸਤਾਵੇਜ਼ਾਂ ਦੇ ਵਿੱਚ ਇੱਕ ਵੀਡੀਓ ਵੀ ਸੀ ਜੋ ਅਸੀਂ ਤੁਹਾਨੂੰ ਇੱਥੇ ਪੂਰੀ ਨਹੀਂ ਦਿਖਾ ਸਕਦੇ, ਨਹੀਂ ਤਾਂ YouTube ਸਾਡੀ ਇਹ ਸਾਰੀ ਵੀਡੀਓ ਨੂੰ ਹਟਾ ਦੇਵੇਗਾ। ਤੁਸੀਂ ਇਸ ਵੀਡੀਓ ਨੂੰ ਆਨਲਾਈਨ ਜਾ ਕੇ ਦੇਖ ਸਕਦੇ ਹੋ। ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਇਰਾਕੀ ਪਰਿਵਾਰ ਨੂੰ ਜਿਸ ਦੇ ਵਿੱਚ 3 ਬੱਚੇ ਵੀ ਹਨ, ਉਸ ਨੂੰ ਇੱਕ ਅਮਰੀਕੀ ਹੈਲੀਕਾਪਟਰ ਕਿਵੇਂ ਗੋਲੀਆਂ ਚਲਾ ਕੇ ਮਾਰ ਦਿੰਦਾ ਹੈ। ਤੁਸੀਂ ਯਕੀਨ ਨਹੀਂ ਕਰੋਗੇ ਕਿ ਅਸਲੀ ਵੀਡੀਓ ਦੇ ਵਿੱਚ ਤੁਸੀਂ ਹੈਲੀਕਾਪਟਰ ਦੇ ਅੰਦਰ ਬੈਠੇ ਅਮਰੀਕੀ ਪਾਇਲਟ ਨੂੰ ਹੱਸਦੇ ਹੋਏ ਵੀ ਸਾਫ਼-ਸਾਫ਼ ਦੇਖ ਸਕਦੇ ਹੋ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਇਹਨਾਂ ਪਾਇਲਟ ਦੇ ਲਈ ਮਾਸੂਮ ਲੋਕਾਂ ਨੂੰ ਮਾਰਨਾ ਇੱਕ ਤਰ੍ਹਾਂ ਦੀ ਗੇਮ ਹੈ ਤੇ ਕੁਝ ਹੀ ਘੰਟਿਆਂ ਬਾਅਦ ਇਹ ਵੀਡੀਓ ਪੂਰੀ ਤਰ੍ਹਾਂ ਦੇ ਨਾਲ ਵਾਇਰਲ ਹੋ ਜਾਂਦੀ ਹੈ। ਹਰ ਨਿਊਜ਼ਪੇਪਰ ਅਤੇ ਹਰ ਆਰਟੀਕਲ ਦੇ ਵਿੱਚ ਇਹ ਵੀਡੀਓ ਬਾਰੇ ਹੀ ਚਰਚਾ ਹੋ ਰਹੀ ਹੁੰਦੀ ਹੈ ਤੇ ਇਹਨਾਂ ਸਾਰੇ ਡਾਕੂਮੈਂਟਸ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਹੋਰ ਅਮਰੀਕੀ ਆਰਮੀ ਦੇ ਅਜਿਹੇ ਘਟੀਆ ਕਾਰਨਾਮੇ ਦੱਸੇ ਸਨ ਤੇ ਅਗਲੇ ਹੀ ਦਿਨ ਇਸ ਵੈਬਸਾਈਟ ਦੇ ਉੱਪਰ ਕੁਝ ਹੋਰ ਅਜਿਹੇ ਡਾਕੂਮੈਂਟਸ ਅਪਲੋਡ ਹੁੰਦੇ ਨੇ ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿਸ ਤਰ੍ਹਾਂ ਅਮਰੀਕੀ ਆਰਮੀ ਨੇ ਇਰਾਕ ਦੇ ਅੰਦਰ ਬੇਕਸੂਰ 15,000 ਲੋਕਾਂ ਨੂੰ ਮਾਰਿਆ ਹੈ ਤੇ ਇਹ ਸਾਰੇ ਲੀਕ ਹੋਏ ਡਾਕੂਮੈਂਟਸ ਦੇ ਉੱਪਰ ਰਿਐਕਸ਼ਨ ਆਉਣਾ ਤਾਂ ਲਾਜ਼ਮੀ ਸੀ ਤੇ ਪੈਂਟਾਗਨ ਇਹ ਸਭ ਨੂੰ ਦੇਖ ਕੇ ਅੱਗ ਬਬੂਲਾ ਹੋ ਚੁੱਕਿਆ ਸੀ। ਜੁਲੀਅਨ ਅਸਾਂਜ ਦੀ ਇਹ ਵੈਬਸਾਈਟ ਹੁਣ ਇੱਕ ਛੋਟੀ ਜਿਹੀ ਵੈਬਸਾਈਟ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਖਿੱਚ ਦਾ ਕੇਂਦਰ ਬਣ ਗਈ ਸੀ। ਇਸ ਤੋਂ ਬਾਅਦ ਅਮਰੀਕਾ ਨੇ WikiLeaks ਨੂੰ ਨੈਸ਼ਨਲ ਸਿਕਿਉਰਿਟੀ ਥ੍ਰੈਟ ਘੋਸ਼ਿਤ ਕਰ ਦਿੱਤਾ ਤੇ ਅਮਰੀਕਾ ਦੇ ਕੋਲ ਅਸਾਂਜ ਦੇ ਵਿਰੁੱਧ ਕੋਈ ਸਬੂਤ ਨਹੀਂ ਸਨ ਕਿਉਂਕਿ ਅਸਾਂਜ ਨੇ ਤਾਂ ਉਹ ਜਾਣਕਾਰੀ ਨੂੰ ਸਿਰਫ ਪਬਲਿਸ਼ ਕੀਤਾ ਸੀ ਨਾ ਕਿ ਉਸਨੇ ਉਹ ਜਾਣਕਾਰੀ ਨੂੰ ਕਿਤੋਂ ਚੁਰਾਇਆ ਸੀ। ਇਸ ਕਰਕੇ ਅਮਰੀਕਾ ਉਸ ਦਾ ਕੁਝ ਵੀ ਨਹੀਂ ਕਰ ਸਕਿਆ ਪਰ ਉਸਨੇ WikiLeaks ਦੇ ਸਾਰੇ ਬੈਂਕ ਅਕਾਊਂਟ ਸੀਜ਼ ਕਰ ਦਿੱਤੇ ਤੇ WikiLeaks ਬਿਟਕੋਇਨ ਦੇ ਉੱਪਰ
ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਪਹਿਲਾਂ ਹੀ ਸਵੀਡਨ ਛੱਡ ਕੇ ਯੂਕੇ ਪਹੁੰਚ ਗਿਆ। ਯੂਕੇ ਦੀ ਪੁਲਿਸ ਨੇ ਉੱਥੇ ਉਸ ਨੂੰ ਗ੍ਰਿਫਤਾਰ ਤਾਂ ਕਰ ਲਿਆ ਸੀ ਪਰ ਕੋਰਟ ਦੇ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ। ਹੁਣ ਅਸਾਂਜ ਨੂੰ ਇਹ ਚੀਜ਼ ਪਤਾ ਲੱਗ ਗਈ ਸੀ ਕਿ ਉਸ ਦੇ ਕੋਲ ਸਮਾਂ ਘੱਟ ਹੈ, ਉਸ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ ਕਿਉਂਕਿ ਸਵੀਡਨ ਅਤੇ ਯੂਕੇ ਦੀਆਂ ਸਰਕਾਰਾਂ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਸਨ। ਯੂਕੇ ਅਤੇ ਸਵੀਡਨ ਦੀਆਂ ਸਰਕਾਰਾਂ ਦਾ ਇਹ ਪਲਾਨ ਸੀ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਅਸਾਂਜ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਭੇਜ ਦਿੱਤਾ ਜਾਵੇ ਤੇ ਅਮਰੀਕਾ ਦੇ ਵਿੱਚ ਉਸ ਦੇ ਉੱਪਰ ਸੀਕ੍ਰੀਟ ਡਾਕੂਮੈਂਟ ਨੂੰ ਲੀਕ ਕਰਨ ਦਾ ਮੁਕੱਦਮਾ ਚਲਾਇਆ ਜਾਵੇ। 2 ਸਾਲਾਂ ਬਾਅਦ ਮਈ 2012 ਦੇ ਵਿੱਚ ਯੂਕੇ ਦੀ ਸੁਪਰੀਮ ਕੋਰਟ ਇਹ ਫੈਸਲਾ ਦਿੰਦੀ ਹੈ ਕਿ ਅਸਾਂਜ ਨੂੰ ਵਾਪਸ ਸਵੀਡਨ ਭੇਜਿਆ ਜਾਵੇ ਤਾਂ ਕਿ ਜਿਹੜੇ ਉਸ ਦੇ ਉੱਪਰ 2 ਕੁੜੀਆਂ ਨੇ ਸਰੀਰਕ ਸ਼ੋਸ਼ਣ ਦੇ ਆਰੋਪ ਲਗਾਏ ਨੇ ਉਹ ਉੱਥੇ ਜਾ ਕੇ ਉਹਨਾਂ ਦਾ ਸਾਹਮਣਾ ਕਰ ਸਕੇ ਤੇ ਕੋਰਟ ਦਾ ਇਹ ਆਰਡਰ ਆਉਣ ਤੋਂ ਬਾਅਦ ਯੂਕੇ ਦੀ ਪੁਲਿਸ ਨੇ ਥਾਂ-ਥਾਂ ਦੇ ਉੱਪਰ ਰੇਡ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਅਸਾਂਜ ਨੂੰ ਫੜ ਕੇ ਉਸ ਨੂੰ ਸਵੀਡਨ ਭੇਜ ਸਕਣ। ਪਰ ਅਸਾਂਜ ਕਿਸੇ ਨੂੰ ਵੀ ਨਹੀਂ ਮਿਲ ਰਿਹਾ ਸੀ ਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਇਸ ਟਾਈਮ ਕਿੱਥੇ ਹੈ। ਜੂਲੀਅਨ ਅਸਾਂਜ ਸੈਂਟਰ ਲੰਡਨ ਦੇ ਵਿੱਚ ਮੌਜੂਦ ਐਕਵਾਡੋਰ ਦੀ ਐਮਬੈਸੀ ਦੇ ਵਿੱਚ ਜਾ ਕੇ ਪੋਲੀਟੀਕਲ ਅਸੈਲਮ ਜਾਂ ਕਹੀਏ ਰਾਜਨੀਤਿਕ ਸ਼ਰਨ ਲੈ ਚੁੱਕਿਆ ਸੀ ਕਿਉਂਕਿ ਉਹ ਚੰਗੀ ਤਰ੍ਹਾਂ ਦੇ ਨਾਲ ਜਾਣਦਾ ਸੀ ਕਿ ਐਮਬੈਸੀ ਹੀ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਉਸ ਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ। ਇਹ ਵੀ ਕਿਹਾ ਜਾਂਦਾ ਹੈ ਕਿ ਰਸ਼ੀਆ ਦੀ ਸਰਕਾਰ ਨੇ ਹੀ ਉਸ ਨੂੰ ਇਹ ਪੋਲੀਟੀਕਲ ਅਸੈਲਮ ਜਾਂ ਕਹੀਏ ਰਾਜਨੀਤਿਕ ਸ਼ਰਨ ਦਵਾਈ ਸੀ। 16 ਅਗਸਤ 2012 ਨੂੰ ਐਕਵਾਡੋਰ ਦੇ ਵਿਦੇਸ਼ ਮੰਤਰੀ ਇਹ ਚੀਜ਼ ਦਾ ਐਲਾਨ ਕਰਦੇ ਨੇ ਕਿ ਉਹਨਾਂ ਨੇ ਜੂਲੀਅਨ ਅਸਾਂਜ ਨੂੰ ਰਾਜਨੀਤਿਕ ਸ਼ਰਨ ਦੇ ਦਿੱਤੀ ਹੈ ਆਪਣੀ ਲੰਡਨ ਦੇ ਵਿੱਚ ਮੌਜੂਦ ਐਮਬੈਸੀ ਦੇ ਵਿੱਚ ਤੇ ਐਮਬੈਸੀ ਇੱਕ ਅਜਿਹੀ ਚੀਜ਼ ਹੈ ਜਿਸ ਦੇ ਅੰਦਰੋਂ ਕੋਈ ਵੀ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਕਿਉਂਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਸ ਦੇ ਨਾਲ ਇੰਟਰਨੈਸ਼ਨਲ ਕਾਨੂੰਨ ਜਿਹੜਾ ਹੈ ਉਹ ਟੁੱਟ ਜਾਂਦਾ ਹੈ ਤੇ ਇੰਟਰਨੈਸ਼ਨਲ ਕਾਨੂੰਨ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਕੋਈ ਵੀ ਦੇਸ਼ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਤੋੜਨਾ ਚਾਹੁੰਦਾ। ਯੂਕੇ ਦੀ ਪੁਲਿਸ ਨੇ ਆਪਣੇ ਦਰਜਨਾ ਮੁਲਾਜ਼ਮ ਐਕਵਾਡੋਰ ਦੀ ਐਮਬੈਸੀ ਦੇ ਬਾਹਰ ਖੜੇ ਕਰ ਦਿੱਤੇ ਤਾਂ ਕਿ ਜਿਵੇਂ ਹੀ ਅਸਾਂਜ ਬਾਹਰ ਨਿਕਲੇ ਉਹ ਉਸ ਨੂੰ ਗ੍ਰਿਫਤਾਰ ਕਰ ਲੈਣ ਤੇ ਐਕਵਾਡੋਰ ਦੀ ਐਮਬੈਸੀ ਦੇ ਅੰਦਰ ਅਸਾਂਜ ਨੂੰ ਇੱਕ ਛੋਟਾ ਜਿਹਾ ਕਮਰਾ ਦੇ ਦਿੱਤਾ ਗਿਆ ਜਿਸ ਦੇ ਵਿੱਚ ਉਸ ਦੇ ਲਈ ਇੱਕ ਟ੍ਰੈਡਮਿਲ ਸੀ ਤੇ ਇੱਕ ਕੰਪਿਊਟਰ ਮੌਜੂਦ ਸੀ। ਅਸਾਂਜ ਨੂੰ ਮਿਲਣ ਦੇ ਲਈ ਹਰ ਕਿਸੇ ਨੂੰ ਇਹ ਛੋਟੇ ਜਿਹੇ ਕਮਰੇ ਦੇ ਵਿੱਚ ਹੀ ਆਉਣਾ ਪੈਂਦਾ ਸੀ ਤੇ ਅਗਲੇ ਲਗਾਤਾਰ 6 ਸਾਲ ਅਸਾਂਜ ਇੱਥੇ ਬੈਠ ਕੇ ਹੀ ਵਿਕੀਲੀਕਸ ਆਪਣੀ ਵੈਬਸਾਈਟ ਨੂੰ ਚਲਾਉਂਦਾ ਰਿਹਾ। ਹੁਣ ਸਾਲ 2017 ਆ ਚੁੱਕਿਆ ਸੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਬਣ ਚੁੱਕੇ ਸਨ। 7 ਮਾਰਚ 2017 ਨੂੰ ਅਸਾਂਜ ਨੇ ਆਪਣੀ ਵੈਬਸਾਈਟ ਵਿਕੀਲੀਕਸ ਦੇ ਉੱਪਰ ਇੱਕ ਅਜਿਹਾ ਦਸਤਾਵੇਜ਼ ਅਪਲੋਡ ਕਰ ਦਿੱਤਾ ਜਿਸ ਨੇ ਅਮਰੀਕਾ ਦੀ CIA ਦੀ ਨੀਂਦ ਉਡਾ ਦਿੱਤੀ। ਇਸ ਦਸਤਾਵੇਜ਼ ਦਾ ਨਾਮ ਸੀ ਵਾਲਟ 7। ਇਸ ਦੇ ਵਿੱਚ CIA ਦੇ ਸਾਰੇ ਸੀਕ੍ਰੀਟ ਸਨ ਤੇ CIA ਦੇ ਸਾਰੇ ਸੀਕ੍ਰੀਟ ਏਜੰਟਾਂ ਦੇ ਨਾਮ ਸਨ ਤੇ ਇਹ ਡਾਕੂਮੈਂਟ ਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ CIA ਦੇ ਕਿਹੜੇ-ਕਿਹੜੇ ਦੇਸ਼ਾਂ ਦੇ ਰਾਸ਼ਟਰਪਤੀਆਂ ਦੇ ਨਾਲ ਸਬੰਧ ਨੇ। ਇਤੋਂ ਤੱਕ ਕਿ ਇਸ ਡਾਕੂਮੈਂਟ ਦੇ ਅੰਦਰ CIA ਦੇ ਸਾਰੇ ਐਕਸ਼ਨ ਦੀ ਡਿਟੇਲ ਵੀ ਸੀ। ਇਹ ਇੱਕ ਡਾਕੂਮੈਂਟ ਨਹੀਂ ਬਲਕਿ ਇੱਕ ਤਰ੍ਹਾਂ ਦਾ ਅਜਿਹਾ ਬੰਬ ਸੀ ਜਿਸ ਦੇ ਨਾਲ ਵੱਡੇ-ਵੱਡੇ ਲੋਕਾਂ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਗਈ। ਪੂਰੀ ਦੁਨੀਆ ਨੂੰ ਆਪਣੀਆਂ ਉਂਗਲਾਂ ਤੇ ਨਚਾਉਣ ਵਾਲੀ ਅਮਰੀਕਾ ਦੀ CIA ਇੰਨੀ ਜ਼ਿਆਦਾ ਕਮਜ਼ੋਰ ਸੀ ਕਿ ਉਸ ਦਾ ਆਪਣਾ ਹੀ ਡਾਟਾ ਲੀਕ ਹੋ ਚੁੱਕਿਆ ਸੀ। ਉੱਥੇ ਹੀ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਡੋਨਲਡ ਟਰੰਪ ਵਿਕੀਲੀਕਸ ਦੀ ਤਾਰੀਫ ਕਰਦੇ ਸਨ ਤੇ ਹੁਣ ਉਹ ਚੋਣਾਂ ਹੋਣ ਤੋਂ ਬਾਅਦ ਬਿਲਕੁਲ ਯੂ ਟਰਨ ਲੈ ਚੁੱਕੇ ਸਨ। ਅਮਰੀਕਾ ਦੀ CIA ਦਾ ਖੂਨ ਉਬਾਲੇ ਮਾਰ ਰਿਹਾ ਸੀ। ਹੁਣ ਉਹ ਕਿਸੇ ਵੀ ਹਾਲਤ ਦੇ ਵਿੱਚ ਜੂਲੀਅਨ ਅਸਾਂਜ ਨੂੰ ਨਹੀਂ ਛੱਡਣਾ ਚਾਹੁੰਦੇ ਸਨ ਤੇ ਦੂਜੇ ਪਾਸੇ ਲਗਾਤਾਰ ਐਮਬੈਸੀ ਦੇ ਵਿੱਚ ਰਹਿੰਦੇ ਹੋਏ ਜੂਲੀਅਨ ਅਸਾਂਜ ਨੂੰ 6 ਸਾਲ ਹੋ ਚੁੱਕੇ ਸਨ ਤੇ ਉਹ ਵੀ ਕਾਫੀ ਜ਼ਿਆਦਾ ਮੈਂਟਲੀ ਅਪਸੈਟ ਹੋ ਗਿਆ ਸੀ ਤੇ ਹੁਣ ਐਮਬੈਸੀ ਵਾਲੇ ਵੀ ਉਸ ਤੋਂ ਤੰਗ ਆ ਚੁੱਕੇ ਸਨ ਕਿਉਂਕਿ ਉਹ ਬਾਰ-ਬਾਰ ਐਮਬੈਸੀ ਦੇ ਵਿੱਚ ਕਿਸੇ ਨਾ ਕਿਸੇ ਕਰਮਚਾਰੀ ਦੇ ਨਾਲ ਲੜਦਾ ਰਹਿੰਦਾ ਸੀ ਤੇ ਅਗਲੇ ਹੀ ਸਾਲ 2018 ਦੇ ਵਿੱਚ ਜੂਲੀਅਨ ਅਸਾਂਜ ਨੇ ਐਕਵਾਡੋਰ ਦੇ ਰਾਸ਼ਟਰਪਤੀ ਦੇ ਵਿਰੁੱਧ ਵੀ ਕੁਝ ਡਾਕੂਮੈਂਟ ਆਪਣੀ ਵੈਬਸਾਈਟ ਵਿਕੀਲੀਕਸ ਦੇ ਉੱਪਰ ਅਪਲੋਡ ਕਰ ਦਿੱਤੇ। ਇਸ ਤੋਂ ਬਾਅਦ 2 ਜੁਲਾਈ 2019 ਨੂੰ ਐਕਵਾਡੋਰ ਦੇ ਰਾਸ਼ਟਰਪਤੀ ਆ ਕੇ ਇਹ ਐਲਾਨ ਕਰਦੇ ਨੇ ਕਿ ਜੂਲੀਅਨ ਅਸਾਂਜ ਨੇ ਰਾਜਨੀਤਿਕ ਸ਼ਰਨ ਦੇ ਜਿਹੜੇ ਕਾਨੂੰਨ ਹੁੰਦੇ ਨੇ ਉਹਨਾਂ ਨੂੰ ਤੋੜਿਆ ਹੈ। ਇਸ ਲਈ ਐਕਵਾਡੋਰ ਦੀ ਐਮਬੈਸੀ ਹੁਣ ਜੂਲੀਅਨ ਅਸਾਂਜ ਨੂੰ ਆਪਣੇ ਕੋਲ ਨਹੀਂ ਰੱਖ ਸਕਦੀ ਤੇ ਉਸ ਨੂੰ 10 ਦਿਨਾਂ ਦੇ ਵਿੱਚ ਐਮਬੈਸੀ ਛੱਡਣੀ ਪਵੇਗੀ। 9ਵੇਂ ਹੀ ਦਿਨ ਐਕਵਾਡੋਰ ਦੀ ਐਮਬੈਸੀ ਨੇ ਆਪਣੇ ਦਰਵਾਜ਼ੇ ਖੋਲ ਦਿੱਤੇ ਤੇ ਯੂਕੇ ਦੀ ਪੁਲਿਸ ਨੂੰ ਅੰਦਰ ਸੱਦ ਲਿਆ ਤੇ ਯੂਕੇ ਦੀ ਪੁਲਿਸ ਧੱਕੇ ਦੇ ਨਾਲ ਹੀ ਜੂਲੀਅਨ ਅਸਾਂਜ ਨੂੰ ਚੱਕ ਕੇ ਉੱਥੋਂ ਗ੍ਰਿਫਤਾਰ ਕਰਕੇ ਲੈ ਗਈ। ਉਸ ਦਿਨ ਹੀ ਉਸ ਨੂੰ ਯੂਕੇ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਟ੍ਰਾਇਲ ਤੋਂ ਭੱਜਣ ਦੇ ਕਾਰਨ ਯੂਕੇ ਦੀ ਅਦਾਲਤ ਨੇ ਉਸ ਨੂੰ 11 ਮਹੀਨਿਆਂ ਦੀ ਸਜ਼ਾ ਸੁਣਾਈ। ਇਸ ਤੋਂ ਬਾਅਦ ਉਸ ਨੂੰ ਸੈਂਟਰਲ ਲੰਡਨ ਤੋਂ 45 ਮਿੰਟ ਦੀ ਦੂਰੀ ਤੇ ਮੌਜੂਦ ਬੈਲਮਾਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਜੂਲੀਅਨ ਅਸਾਂਜ ਇਸ ਜੇਲ੍ਹ ਦੇ ਵਿੱਚ ਹੀ ਹੈ। UN ਦੀ ਡਾਕਟਰੀ ਟੀਮ ਨੇ ਅਸਾਂਜ ਦੀ ਜੇਲ੍ਹ ਦੇ ਵਿੱਚ ਵਿਜ਼ਿਟ ਕੀਤਾ ਤੇ ਉਸ ਨੂੰ ਉਹ ਮਿਲ ਕੇ ਆਈ ਤੇ ਉਹਨਾਂ ਨੇ ਬਾਹਰ ਆ ਕੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਜੂਲੀਅਨ ਅਸਾਂਜ ਨੂੰ ਜੇਲ੍ਹ ਦੇ ਅੰਦਰ ਬਹੁਤ ਜ਼ਿਆਦਾ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਗ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸਾਂਜ ਇਸ ਸਮੇਂ ਐਂਜਾਇਟੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਹੈ ਤੇ ਉਸ ਨੂੰ ਕਿਸੇ ਵੀ ਕਿਸਮ ਦੀ ਮੈਡੀਕਲ ਸਹਾਇਤਾ ਨਹੀਂ ਦਿੱਤੀ ਜਾ ਰਹੀ। ਅਸਾਂਜ ਦਾ ਕੇਸ ਇਸ ਸਮੇਂ ਯੂਕੇ ਦੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਪਰ ਉਸ ਨੂੰ ਕਿਸੇ ਵੀ ਸਮੇਂ ਅਮਰੀਕਾ ਡਿਪੋਰਟ ਕੀਤਾ ਜਾ ਸਕਦਾ ਹੈ। ਉੱਥੇ ਉਸ ਨੂੰ 175 ਸਾਲ ਦੀ ਸਜ਼ਾ ਹੋ ਸਕਦੀ ਹੈ। ਅਸਾਂਜ ਦਾ ਕਸੂਰ ਸਿਰਫ ਇੰਨਾ ਹੈ ਕਿ ਉਸ ਨੇ ਉਹ ਜਾਣਕਾਰੀਆਂ ਨੂੰ ਪਬਲਿਸ਼ ਕੀਤਾ ਹੈ ਜਿਸ ਦੇ ਨਾਲ ਕਈ ਵੱਡੇ ਲੋਕਾਂ ਦੀਆਂ ਨੀਂਦਾਂ ਉੱਡ ਗਈਆਂ। ਉਹਨਾਂ ਲੋਕਾਂ ਨੂੰ ਫੜਨ ਦੀ ਬਜਾਏ ਜਿਨ੍ਹਾਂ ਨੇ ਇਹ ਗਲਤ ਕੰਮ ਕੀਤੇ ਨੇ, ਸਰਕਾਰਾਂ ਅਸਾਂਜ ਦੇ ਪਿੱਛੇ ਪੈ ਗਈਆਂ ਤੇ ਉਸ ਨੂੰ ਹੀ ਗ੍ਰਿਫਤਾਰ ਕਰ ਲਿਆ। ਇਸ ਜੂਲੀਅਨ ਅਸਾਂਜ ਦੇ ਬਾਰੇ ਕੋਈ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ